ਕੋਰੋਨਾ ਵਾਇਰਸ ਦੇ ਚੱਲਦੇ ਰੋਜ਼ ਵਿਵਾਦਾਂ ਵਿੱਚ ਰਹਿਣ ਵਾਲੀ ਬਠਿੰਡਾ ਦੀ ਸਬਜ਼ੀ ਮੰਡੀ ਵਿੱਚ ਅੱਜ ਆੜ੍ਹਤੀਆਂ ਵੱਲੋਂ ਮੀਟਿੰਗ ਕੀਤੀ ਗਈ। ਆੜ੍ਹਤੀਆਂ ਨੇ ਮੰਗ ਕੀਤੀ ਹੈ ਕਿ ਬਠਿੰਡਾ ਦੀਆਂ ਰਿਟੇਲ ਮੰਡੀਆਂ ਜਿਵੇਂ ਮੇਨ ਸਬਜ਼ੀ ਮੰਡੀ ਦੇ ਨਾਲ ਰਿਟੇਲ ਮੰਡੀ, ਬੱਸ ਸਟੈਂਡ ਵਿਖੇ, ਨਹਿਰ 'ਤੇ ਅਤੇ ਗੋਲ ਡੱਗੀ ਦੇ ਨਾਲ ਗਊਸ਼ਾਲਾ ਦੇ ਨਾਲ ਜੋ ਮਾਰਕੀਟ ਹੈ ਉਸ ਮੰਡੀ ਵਿੱਚ ਕੁਝ ਦੁਕਾਨਾਂ ਖੁਲਵਾਈਆਂ ਜਾਣ ਤਾਂ ਜੋ ਇਸ ਮੇਨ ਮੰਡੀ ਵਿੱਚ ਰਸ਼ ਨੂੰ ਘਟਾਇਆ ਜਾ ਸਕੇ। ਉਹਨਾਂ ਮੰਗ ਕੀਤੀ ਕਿ ਪੁਲਿਸ ਦੀ ਇੰਨੀ ਸਖਤੀ ਦੇ ਬਾਵਜੂਦ ਵੀ ਬਠਿੰਡਾ ਦੀ ਸਬਜ਼ੀ ਮੰਡੀ ਵਿੱਚ ਰਸ਼ ਨਹੀਂ ਘਟ ਰਿਹਾ, ਇਸ ਨਾਲ ਆੜ੍ਹਤੀਏ ਅਤੇ ਕਿਸਾਨ ਵੀਰ ਖੱਜਲ ਹੋ ਰਹੇ ਨੇ। ਕਿਸੇ ਵੀ ਕਿਸਾਨ ਦਾ ਮੰਡੀ ਵਿੱਚ ਆਇਆ ਮਾਲ ਸਹੀ ਢੰਗ ਨਾਲ ਨਹੀਂ ਵਿਕ ਰਿਹਾ ਕਿਉਂਕਿ ਪੁਲਿਸ ਕਰਮਚਾਰੀ ਬਾਹਰ ਤੋਂ ਕਿਸੇ ਵੀ ਖਰੀਦਦਾਰ ਨੂੰ ਅੰਦਰ ਆਉਣ ਨਹੀਂ ਦਿੰਦੇ। ਆੜ੍ਹਤੀਆਂ ਨੇ ਮੰਗ ਕੀਤੀ ਕਿ ਇਹਨਾਂ ਮੰਡੀਆਂ ਨੂੰ ਜਲਦ ਤੋਂ ਜਲਦ ਚਲਾਇਆ ਜਾਵੇ। ਹਾਂਜੀ, ਕੀ ਨਾਮ ਹੈ ਜੀ? ਮੇਰਾ ਮਨੋਹਰ ਸਿੰਘ, ਸਬਜ਼ੀ ਮੰਡੀ ਆੜ੍ਹਤੀ ਸਿੰਘ ਪ੍ਰਧਾਨ। ਹਾਂਜੀ, ਕੀ ਕਹਿਣਾ ਅੱਜ ਦੀ ਜਿਹੜੀ ਮੀਟਿੰਗ ਕੀਤੀ ਹੈ, ਕੀ ਕਹਿਣਾ? ਅੱਜ ਮੀਟਿੰਗ ਇਹ ਸੀ ਕਿ ਪਿੱਛੇ ਪਰਸੋਂ ਰੇਹੜੀਆਂ ਸਾਰੀਆਂ ਪ੍ਰਸ਼ਾਸਨ ਚੱਕ ਰਹੀਆਂ ਸੀਗੀਆਂ, ਉਹਦੇ ਜੇ ਗਾਹਕ ਮੰਡੀ ਵਿੱਚ ਬਹੁਤ ਘੱਟ ਸੀ, ਸਬਜ਼ੀ ਬਹੁਤ ਜ਼ਿਆਦਾ ਸੀ ਅਤੇ ਅੱਜ ਕੱਲ੍ਹ ਸਬਜ਼ੀ ਦਾ ਸੀਜ਼ਨ ਹੈ, ਆਲੂ ਤੋਂ ਬਾਅਦ ਸਬਜ਼ੀ ਲੈਣ ਦੀ ਸਬਜ਼ੀ ਬਹੁਤ ਜ਼ਿਆਦਾ ਹੋ ਜਾਂਦੀ ਹੈ, ਜੇ ਰੇਹੜੀਆਂ ਚੱਲਣਗੀਆਂ ਤਾਂ ਸਬਜ਼ੀ ਵਿਕੂਗੀ। ਚਲੋ ਠੀਕ ਹੈ, ਜੋ ਪ੍ਰਸ਼ਾਸਨ ਮਨਜ਼ੂਰ ਹੈ ਰੇਹੜੀਆਂ ਲੈ ਕੇ, ਕੋਈ ਦਿੱਕਤ ਹੋਣੀ ਹੈ, ਪਰ ਅਸੀਂ ਇੱਕ ਉਹਨਾਂ ਅੱਗੇ ਬੇਨਤੀ ਰੱਖਦੇ ਹਾਂ ਕਿ ਜਿਹੜੇ ਕਿ ਮੰਡੀ ਬਠਿੰਡੇ ਵਿੱਚ 6 ਪੁਆਇੰਟ ਹਨ, ਜਿਵੇਂ ਲਾ ਲਓ ਸਬਜ਼ੀ ਮੰਡੀ ਵਿੱਚ 20 ਅੱਡੇ ਦੇ ਦੇਣ, ਗੋਲ ਡਿੱਗੀ 15 ਅੱਡੇ ਦੇ ਦੇਣ, ਬੱਸ ਸਟੈਂਡ 15 ਅੱਡੇ ਦੇ ਦੇਣ, ਨਹਿਰ 'ਤੇ 15 ਅੱਡੇ ਦੇ ਦੇਣ, ਪਰਸਨਗਰ 'ਚ 15 ਅੱਡੇ ਦੇ ਦੇਣ, ਸਿਰਕੀ ਬਾਜ਼ਾਰ 'ਚ 15 ਅੱਡੇ ਦੇ ਦੇਣ, ਇਹ 6 ਪੁਆਇੰਟ ਹੈ। 6 ਪੁਆਇੰਟ ਵਿੱਚ ਰਸ਼ ਵੱਡਿਆ ਜਾਊਗਾ, ਮੰਡੀ ਰਸ਼ ਨਹੀਂ ਹੋਊਗਾ, ਮੰਡੀ ਸਬਜ਼ੀ ਆਮਦ ਹੋ ਜਾਊਗੀ, ਕਿਉਂ ਅੱਡੇ ਕਿਤੇ ਲੱਗਦੇ ਨਹੀਂ ਹੈ, ਸਬਜ਼ੀ ਬਚ ਜਾਂਦੀ, ਸਬਜ਼ੀ ਰੋਜ਼ਮਰਾ ਆਉਂਦੀ ਬਹੁਤ ਹੈ। ਇੱਕ ਪ੍ਰਸ਼ਾਸਨ ਦਾ ਮੈਂ ਸ਼ੁਕਰੀਆ ਅਦਾ ਕਰਦਾ ਕਿ ਪਹਿਲਾਂ ਸਾਡੀ ਮੰਡੀ 2 ਦਿਨ ਸੀ, ਉਹਨਾਂ ਨੇ 4 ਦਿਨ ਕਰਤੀ, ਉਹਦੇ ਨਾਲ ਸਬਜ਼ੀ ਦੀ ਸਪਲਾਈ ਵਧੀ ਹੈ। ਜੀ, ਕੀ ਨਾਮ ਹੈ ਜੀ? ਮੈਂ ਮਨਿੰਦਰ ਕੁਮਾਰ, ਸਬਜ਼ੀ ਮੰਡੀ ਬਠਿੰਡਾ। ਮੈਂ ਤਾਂ ਪ੍ਰਸ਼ਾਸਨ ਨੂੰ, ਮਾਨਯੋਗ DC ਸਾਹਿਬ ਨੂੰ ਬੇਨਤੀ ਕਰਾਂਗਾ ਕਿ ਨੀਚੇ ਜ਼ਿਲ੍ਹਾ ਮੰਡੀ ਅਫਸਰ, 71 ਮਾਰਕੀਟ ਕਮੇਟੀ ਨੂੰ ਇਹ ਡਾਇਰੈਕਸ਼ਨ ਦੇਣ ਕਿ ਜਿਸ ਤਰੀਕੇ ਨਾਲ ਸਬਜ਼ੀ ਮੰਡੀ 'ਚ ਅਰਾਈਵਲ ਬਹੁਤ ਜ਼ਿਆਦਾ ਲੋਕਲ ਸਬਜ਼ੀ ਦੀ, ਔਰ ਜ਼ਿਮੀਦਾਰ ਵੀ ਬਹੁਤ ਪਰੇਸ਼ਾਨ ਨੇ, ਆੜ੍ਹਤੀ ਪਰੇਸ਼ਾਨ ਨੇ, ਔਰ ਉਸ ਪਰੇਸ਼ਾਨੀ ਨੂੰ ਵੇਖਦੇ ਜਿਸ ਤਰ੍ਹਾਂ ਰੇਹੜੀਆਂ ਪਰਸੋਂ ਜਿਹਾ ਬੰਦ ਕੀਤੀਆਂ ਗਈਆਂ, ਰੇਹੜੀਆਂ ਬੰਦ ਕੀਤੀਆਂ ਗਈਆਂ, ਸੋਚ ਸਮਝ ਕੇ ਪ੍ਰਸ਼ਾਸਨ ਨੇ ਕੀਤੀਆਂ, ਉਹ ਚੱਸੀ ਕੋਈ ਰੋਸ਼ਨ ਨਹੀਂ ਕਰਦੀ। ਅਸੀਂ ਕਹਿੰਦੇ ਵੀ ਸਾਡੇ ਜਿਹੜਾ ਮਾਲ ਆ ਰਿਹਾ ਉਹਦਾ ਇੱਕ ਸੇਲ ਪੁਆਇੰਟ ਤਾਂ ਹੋਵੇ ਨਾ, ਸਬਜ਼ੀ ਮੰਡੀ ਤੋਂ ਹੋਲਸੇਲ ਸੇਲ ਹੋ ਜੂ, ਲੇਕਿਨ ਹੋਲਸੇਲ ਤੋਂ ਜਿਹੜਾ ਮਾਲ ਲੱਗਦਾ ਉਹ ਰਿਟੇਲ ਸੇਲ ਤਾਂ ਹੋਵੇ ਨਾ, ਜਿਹੜਾ ਸੇਲ ਪੁਆਇੰਟ ਸਾਡੇ ਸਬਜ਼ੀ ਮੰਡੀ 'ਚ ਫੜੀ ਮਾਰਕੀਟ ਹੈ, ਗੋਲ ਡਿੱਗੀ ਹੈ ਜਾਂ ਬੱਸ ਸਟੈਂਡ ਹੈ ਜਾਂ ਥਰਮਲ ਹੈ, ਇਹਨਾਂ ਨੂੰ ਕੁਛ ਟਾਈਮ ਲਈ, 2-2 3-3 4-4 ਘੰਟਿਆਂ ਲਈ ਖੋਲ੍ਹ ਦਿੱਤਾ ਜਾਵੇ, ਜਿਹਦੇ ਨਾਲ ਜਿਹੜੀ ਸਾਡੀ ਪਰੇਸ਼ਾਨੀ ਹੈ, ਜ਼ਿਮੀਂਦਾਰਾਂ ਦੀ ਪਰੇਸ਼ਾਨੀ ਹੈ ਅਤੇ ਖਰੀਦਦਾਰਾਂ ਦੀ ਪਰੇਸ਼ਾਨੀ ਹੈ ਅਤੇ ਦੂਜੀ ਕੱਟ ਦੀ ਪਰੇਸ਼ਾਨੀ ਹੈ, ਉਹ ਸਾਰੀਆਂ ਪਰੇਸ਼ਾਨੀਆਂ ਦਾ ਇੱਕੋ ਹੀ ਹੱਲ ਹੈ ਵੀ ਇਹ ਆਪਾਂ ਜ਼ਿਲ੍ਹਾ ਮੰਡੀ ਅਫਸਰ ਅਤੇ 71 ਮਾਰਕੀਟ ਕਮੇਟੀ ਨੂੰ ਬੇਨਤੀ ਕਰਦਾ, ਸਾਰੀ ਸਬਜ਼ੀ ਮੰਡੀ ਦੇ ਵਿੱਚ ਜਾਂ ਤਾਂ ਆੜ੍ਹਤੀਆਂ ਨੂੰ ਬੁਲਾਇਆ ਜਾਵੇ, ਉੱਥੇ ਫੜੀ ਜਾਂਦੇ ਜੋ ਦੱਸਿਆ ਜਾਂ ਜਿਹੜੇ ਕੁਛ ਦੱਸਿਆ ਉਹਨਾਂ ਦੇ ਵਿਚਾਰ ਕਰਕੇ ਖੋਲ੍ਹਿਆ ਜਾਵੇ ਤਾਂ ਕਿ ਜਿਹੜੀ ਸਬਜ਼ੀ ਆਵੇ ਉਹ ਸਹੀ ਭਾਅ ਨਾਲ ਵਿਕ ਸਕੇ। ਹੁਣ ਜ਼ਿਮੀਂਦਾਰ ਨੇ ਸਬਜ਼ੀ ਰੁਪਏ ਦੇ 20 ਪੈਸੇ ਵੀ ਨਹੀਂ ਵੱਟੇ ਜਾ ਰਹੇ, ਅਤੇ ਅਸੀਂ ਲੋਕ ਵੀ 1.5-2 ਮਹੀਨੇ ਤੋਂ ਪਰੇਸ਼ਾਨ ਹੈ, ਬਿਮਾਰੀ ਤੋਂ ਬਚਣਾ ਬਹੁਤ ਜ਼ਰੂਰੀ ਹੈ, ਜੇ ਬਿਮਾਰੀ ਤੋਂ ਨਹੀਂ ਬਚਾਂਗੇ ਤਾਂ ਪੈਸੇ ਕਮਾਉਣ ਦਾ ਵੀ ਕੋਈ ਫਾਇਦਾ ਨਹੀਂ, ਪਰ ਕੰਮ ਨਾਲ ਮੈਂ ਬਿਮਾਰੀ ਦੇ ਨਾਲ ਨਾਲ ਕੰਮ ਹੀ ਜ਼ਰੂਰੀ ਹੈ, ਕਿਉਂ ਤੁਹਾਨੂੰ ਪਤਾ ਇਹ ਕੋਈ ਬਹੁਤ ਅਮੀਰ ਟ੍ਰੇਡ ਨਹੀਂ ਹੈਗੀ ਜਿਹੜਾ ਇਹਦੇ ਵਿੱਚ ਅਸੀਂ ਘਰੋਂ ਖਾ ਲਾਂਗੇ, ਅਸੀਂ ਵੀ ਇੱਕ ਹੈਂਡ ਟੂ ਮਾਊਥ ਦੇ ਸਿਸਟਮ 'ਚ ਚੱਲਦੇ ਹਾਂ ਕਿ ਸਵੇਰੇ ਕਮਾਵਾਂਗੇ ਸ਼ਾਮੀ ਖਾਵਾਂਗੇ, ਅਤੇ ਦੂਜੇ ਜਿਹੜੇ ਗਰੀਬ ਮਜ਼ਦੂਰ ਸਾਡੇ ਹੋਰ ਭਰਾ ਕੰਮ ਕਰਦੇ ਆ, ਸਵੇਰੇ ਕੰਮ ਕਰਕੇ ਸ਼ਾਮ ਨੂੰ ਹੀ ਕਿ ਕੋਈ ਪੱਲੇ ਪਏਗਾ, ਇਸ ਕਰਕੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਕਿ ਜਿਸ ਤਰੀਕੇ ਨਾਲ ਖੋਲ੍ਹਣ ਬਾਰੇ ਕਿਹਾ ਕਿਤੇ ਜਲਦੀ ਤੋਂ ਜਲਦੀ ਵਿਚਾਰ ਕਰਕੇ ਖੋਲ੍ਹਿਆ ਜਾ ਕੋਈ ਦਿਨ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।